ਵੈਸੇ ਨਾ ਵਧੀਆ ਹੋ ਗਿਆ ਜਿਹੜਾ ਜਿਹੜਾ ਆਪਾਂ ਟੌਪਿਕ ਪੜ੍ਹੇ ਸੀ ਉਹ ਵੀ ਆਇਆ ਪੇਪਰ 'ਚ, ਹੈ ਨਾ? ਹਾਂ ਪੇਪਰ 'ਚ ਤਾਂ ਉਹੀ ਆਇਆ, ਤਾਂ ਹੀ ਤਾਂ ਚੱਲ ਵਧੀਆ ਹੋ ਗਿਆ ਪੇਪਰ ਆਪਣਾ, ਅਤੇ ਹੋਰ ਵਧੀਆ ਨੰਬਰ ਆ ਜਾਣੇ ਹੁਣ ਆਪਣੇ। ਅਤੇ ਬਸ ਘਰ ਜਾ ਕੇ ਨਾ ਸਲਾਹ ਕਰਦੀ ਹਾਂ ਆਪਣੀ, ਹੁਣ ਆਪਾਂ ਨਰਸਿੰਗ 'ਚ ਐਡਮਿਸ਼ਨ ਲੈਣਾਗੇ, ਠੀਕ ਹੈ ਨਾ? ਕੋਈ ਨਹੀਂ, ਮੈਂ ਘਰ ਜਾ ਕੇ ਨਾ ਮੰਮੀ ਡੈਡੀ ਨਾਲ ਸਲਾਹ ਕਰਕੇ ਫਿਰ ਦੱਸੂੰਗੀ ਤੈਨੂੰ। ਹਾਂ ਮੈਨੂੰ ਦੱਸ ਦੇਈ ਜ਼ਰੂਰ, ਠੀਕ ਹੈ ਨਾ? ਹਾਂ ਕੋਈ ਨਹੀਂ, ਫਿਰ ਆਪਾਂ ਇਕੱਠੀਆਂ ਜਾਵਾਂਗੇ। ਆਹੋ ਕੋਈ ਨਹੀਂ, ਇਕੱਠੇ ਚੱਲ ਜਾ ਕਰਾਂਗੇ ਫਿਰ। ਜੀਵਨ ਆ, ਹਾਂਜੀ, ਮੈਂ ਚੱਲਿਆ ਸ਼ਹਿਰ ਨੂੰ ਯਾਰ 10 ਮਿੰਟ ਗਏ ਬੰਦੇ ਨਾਲ। ਸ਼ਹਿਰ ਨੂੰ ਚੱਲੇ ਜੇ? ਆਹੋ। ਤੇ ਜੇ ਤੁਸੀਂ ਸ਼ਹਿਰ ਹੀ ਜਾਣਾ ਵਾ ਤੇ ਕੁੜੀ ਤਰਲੇ ਲੈਣ ਦੀ ਕਿੰਨੇ ਦਿਨਾਂ ਦੀ? ਤੇ ਮੰਮੀ ਮੇਰਾ ਨਿੱਕਾ ਨਿੱਕਾ ਸਮਾਨ ਲਿਆਉਣ ਵਾਲਾ ਵਾ, ਤੇ ਖਲੋ ਦੋ ਜਰਾ, ਆਉਣ ਵਾਲੀ ਬਸ ਛੁੱਟੀ ਹੋ ਜਾਣੀ ਉਹਨੂੰ। ਯਾਰ ਮੇਰੀ ਗੱਲ ਸੁਣ, ਬਗਾਨਾ ਬੰਦਾ, ਤਿੰਨੇ ਜਣੇ ਕਿੱਥੇ ਬਹਿ ਕੇ ਜਾਵਾਂਗੇ ਉੱਤੇ? ਕਿਹੜੇ ਬਗਾਨੇ ਬੰਦੇ ਨਾਲ ਜਾਣਾ ਵਾ? ਉਹ ਪਰਿਓ ਪਿੰਡ ਦੇ ਹੋ। ਮੈਂ ਤਾਂ ਕਹਿੰਦੀ ਹੁਣ ਵਿਚਾਰੀ ਨੂੰ ਲੈ ਆਂਦੇ ਨਾਲ, ਕਿੰਨੇ ਦਿਨ ਹੋ ਗਏ ਤਰਲੇ ਮਾਰਨ ਡਈ ਆ। ਉਹ ਮੇਰੀ ਗੱਲ ਸੁਣ, ਨਾਲੇ ਹੋਰ ਵੀ ਕੋਈ ਸਮਾਨ ਮਾੜਾ ਮੋਟਾ ਆਇਆ ਸੁੱਤਾ ਪਾਣੀ ਜਿਹੜਾ ਕੋਈ ਘਰ ਘੱਟਦਾ ਵਾ, ਤੇ ਤੁਸੀਂ ਤਾਂ ਜਮਾਵਤੀ ਆ ਗਏ ਦਿਨ। ਤੁਸੀਂ ਨਾ ਇੱਦਾਂ ਹੀ ਕਰਿਆ ਕਰੋ ਬਸ, ਬਹਾਨੇ ਤੁਹਾਡੇ ਉੱਤੇ ਰੱਖੇ ਹੁੰਦੇ ਆ, ਨਿਆਣੇ ਦਾ ਵੇਖ ਲਿਆ ਕਰੋ। ਚੱਲ ਕੋਈ ਗੱਲ ਨਹੀਂ, ਮਾਰ ਨਾ ਛੇਤੀ, ਹੈ? ਜਾਓ ਜਾਓ, ਤੁਹਾਨੂੰ ਤਾਂ ਬਸ ਕਦੀ ਕਿਸੇ ਨਾਲ ਚੱਲ ਗਿਆ ਤੇ ਕਦੀ ਕਿਸੇ ਨਾਲ ਚੱਲ ਗਿਆ, ਆਪਣੇ ਘਰ ਨਾ ਜਾਣਾ ਵੀ ਪੈਂਦਾ ਜੇ ਕੋਈ ਬੰਦਾ ਕਵੇ ਨਾ, ਤੇ ਲੋੜ ਪਈ ਰਹਿੰਦੀ ਇੱਕ ਦੂਜੇ ਦੀ, ਤੇ ਬੰਦਿਆਂ ਨਾਲ ਬੰਦੇ ਜਾਂਦੇ ਹੁੰਦੇ ਆ। ਚੱਲ ਜਾਓ ਫਿਰ, ਜਾਂਦੇ ਆ ਬੰਦੇ ਦੇ, ਆਪਣੀਆਂ ਮਰਜ਼ੀਆਂ ਕਰਦੇ ਰਹਿੰਦੇ। ਜੇ ਮੈਂ ਕਹਿ ਹੀ ਦਿੱਤਾ ਸੀ ਵੀ ਕੁੜੀ ਨੂੰ ਨਾਲ ਲੈ ਜਾਓ, ਉਹਨੇ ਆਣ ਕੇ ਫਿਰ ਵਿਚਾਰੀ ਨੇ ਔਖੀ ਹੋਣਾ ਵਾ, ਵੀ ਡੈਡੀ ਇਕੱਲੇ ਚੱਲ ਗਏ ਤੇ ਮੈਨੂੰ ਲੈ ਕੇ ਨਹੀਂ ਗਈ, ਮੈਂ ਕੀ ਕਰਾਂ? ਪਰ ਅੱਜ ਨਾ ਟਾਈਮ ਬਹੁਤ ਜ਼ਿਆਦਾ ਹੀ ਹੋ ਗਿਆ ਵਾ, ਕੁੜੀ ਆਈ ਨਹੀਂ ਅਜੇ ਤੱਕ, ਆਪਣੀ ਟੈਨਸ਼ਨ ਵੀ ਹੋਣ ਡੈ ਪੈਂਦੀ ਆ। ਸਾਡੇ ਕੋਲ ਕੀ ਆ, ਇਹੋ ਕੁਛ ਤਾਂ ਹੈਗਾ ਵਾ, ਕੀ ਕਰਾਂ ਮੈਂ? ਸਮਾਂ ਵੀ ਉਤਰਾ ਬੜਾ ਮਾੜਾ ਵਾ, ਜੇ ਪੜ੍ਹਾਈਏ ਨਾ ਤਾਂ ਵੀ ਨਹੀਂ ਚੰਗਾ, ਕੀ ਕਰੀਏ ਹੁਣ? ਕੋਈ ਨਹੀਂ, ਮੈਂ ਦੱਸ ਦੂੰਗੀ, ਪਰ ਤੂੰ ਆ ਜੀ ਘਰ। ਕੋਈ ਗੱਲ ਨਹੀਂ, ਘਰੇ ਵੀ ਆ ਜਾਂਦੀ ਕਿਸੇ ਦਿਨ। ਆਹੋ ਆ ਜੀ ਕਿਸੇ ਦਿਨ ਫਿਰ, ਠੀਕ। ਮੈਂ ਪਤਾ ਕਦੋਂ ਉਡੀਕਣ ਡਈ ਆ, ਹੈ? ਮੇਰਾ ਤਾਂ ਜੀ ਨਹੀਂ ਲੱਗਦਾ ਘਰ ਜਦੋਂ ਥੋੜਾ ਜਿਹਾ ਟਾਈਮ ਉੱਤੇ ਹੋ ਜਾਂਦਾ ਵਾ। ਕੀ ਅਸੀਂ ਉੱਥੇ ਤੁਰ ਕੇ ਆਏ ਆ ਤਾਂ ਕਰਕੇ ਅੱਜ ਹੌਲੀ ਹੌਲੀ ਆ ਗਏ, ਮੈਂ ਕਿਹਾ ਚੱਲ ਹੌਲੀ ਹੌਲੀ ਚੱਲ ਜਾਂਦੇ ਕੋਈ ਨਾ। ਮੈਂ ਤਾਂ ਕਹਿੰਦੀ ਸਾਈਕਲ ਲੈ ਜਾ ਕਰੋ, ਹੈਂ? ਉੱਥੇ ਲਾ ਗਏ ਸਾਈਕਲ ਤੇ ਮੁੜ ਕੇ ਬੱਸ ਤੇ ਚੜ ਗਏ। ਆਹੋ ਮੈਂ ਨਾਮ ਨੂੰ ਕਿਹਾ ਸੀ, ਉਹ ਕਹਿੰਦੀ ਕੋਈ ਨਹੀਂ ਆਪਾਂ ਤੁਰ ਕੇ ਚੱਲ ਜਿਆ ਕਰਨਾ ਵਾ, ਇੱਥੇ ਤਾਂ ਹੈਗਾ ਵਾ। ਚੱਲ ਮੈਨੂੰ ਇਹ ਦੱਸ ਪੇਪਰ ਕਿੱਦਾਂ ਦਾ ਹੋਇਆ? ਪੇਪਰ ਤਾਂ ਬੜਾ ਵਧੀਆ ਹੋਇਆ। ਅੱਛਾ, ਹਾਂਜੀ, ਠੀਕ ਵਾ, ਸੌਖਾ ਹੀ ਸੀਗਾ ਪੇਪਰ। ਚੱਲ ਵਧੀਆ ਹੋ ਗਿਆ ਪੇਪਰ, ਹੈਂ? ਜਿਹੜਾ ਮੈਂ ਪੜ ਕੇ ਗਈ ਨਾ ਉਹਦੇ ਵਿੱਚੋਂ ਹੀ ਆਇਆ ਸੀਗਾ ਸਾਰਾ। ਚੱਲ ਪੁੱਤ ਬੜਾ ਵਧੀਆ, ਪਾਣੀ ਲਿਆਵਾਂ? ਨਹੀਂ ਨਹੀਂ ਪਾਣੀ ਨਹੀਂ ਪੀਣਾ। ਹਾਂ ਮੈਂ ਤਾਂ ਇੱਕ ਗੱਲ ਕਰਨੀ ਸੀਗੀ। ਦੱਸ। ਮੇਰਾ ਤਾਂ ਮੂਡ ਹੀ ਖਰਾਬ ਹੋ ਗਿਆ ਵਾ, ਡੈਡੀ ਵੇਖ ਲਓ ਫਿਰ ਚੱਲ ਗਏ ਇਕੱਲੇ। ਪੁੱਤ ਮੈਂ ਤਾਂ ਕਿਹਾ ਸੀਗਾ ਵੀ ਕੁੜੀ ਨੂੰ ਲੈ ਜਾਓ ਨਾਲ, ਸਮਾਨ ਲਿਆਉਣਾ ਉਹਨੇ, ਤੇ ਕਹਿੰਦੇ ਸੀ ਮੈਂ ਕਿਸੇ ਬੰਦੇ ਨਾਲ ਜਾਣਾ ਵਾ, ਤੇ ਤੁਸੀਂ ਮਾਵਾਂ ਧੀਆਂ ਜਾ ਕੇ ਲਿਆਇਓ। ਕੋਈ ਨਹੀਂ ਪੁੱਤ, ਫਿਕਰ ਕਾਹਨੂੰ ਕਰਨੀ ਆ, ਆ ਪੇਪਰ ਦੇ ਲਾ ਤੇ ਜਿੱਦਣ ਤੇਰੇ ਪੇਪਰ ਮੁੱਕਦੇ ਆ ਤੇ ਮੈਂ ਚੱਲੂੰਗੀ ਤੇਰੇ ਨਾਲ, ਜਿੱਦਾਂ ਦੀ ਚੀਜ਼ਾਂ ਲੈਣੀਆਂ ਨਾ ਉਦਾਂ ਦੀ ਲੈ ਲਈ ਮੇਰੀ ਧੀ ਤੋਂ। ਉਹ ਤਾਂ ਠੀਕ ਆ, ਮੈਂ ਕਿਹਾ ਚੱਲ ਚੱਲ ਜਾਂਦੀ ਮੈਂ, ਹੁਣ ਡੈਡੀ ਗਏ ਤਾਂ ਸੀਗੇ ਸ਼ਹਿਰ ਨੂੰ, ਮੈਂ ਕਿਹਾ ਚੱਲ ਮੈਨੂੰ ਨਾਲ ਲੈ ਜਾਂਦੇ। ਹੁਣ ਬਗਾਨੇ ਬੰਦੇ ਨੇ ਨਾਲ ਜਾਣਾ, ਪੁੱਤ ਚੰਗੀ ਲੱਗਣੀ ਨਾਲ ਜਾਂਦੀ, ਹੈਂ? ਚਲੋ ਕੋਈ ਕੋਈ ਨਹੀਂ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹੋਰ। ਦੱਸ ਪੁੱਤ ਕਿਹੜੀ ਗੱਲ ਕਰਨੀ? ਨਾ ਵਾ ਮੈਨੂੰ ਕਹਿਣ ਡਈ ਕਿ ਪੇਪਰ ਆਪਣੇ ਹੁਣ ਹੋ ਗਏ ਆ ਤੇ ਨਰਸਿੰਗ 'ਚ ਐਡਮਿਸ਼ਨ ਲੈ ਲਈਏ। ਨਰਸਿੰਗ ਵਿੱਚ? ਹਾਂਜੀ। ਅੱਛਾ ਨਾ ਉਹਨੇ ਹੁਣ ਨਰਸਿੰਗ ਕਰਨੀ ਆ? ਉਹਨੇ ਨਰਸਿੰਗ ਕਰਨੀ ਨਾ, ਫਿਰ ਮੈਨੂੰ ਕਹਿੰਦੀ ਵੀ ਆਪਾਂ ਇਕੱਠੇ ਚੱਲ ਜਾ ਕਰਾਂਗੇ ਤੇ ਨਰਸਿੰਗ 'ਚ ਪੁੱਛ ਲਈ ਕਰੋ ਆਪਣੇ। ਪੁੱਤ ਵੇਖ ਮੇਰੀ ਗੱਲ ਸੁਣ, ਨਵ ਤੇ ਹੈਗੀ ਰੱਜੇ ਪੁੱਜੇ ਘਰ ਦੀ, ਹੈਂ? ਬਥੇਰੀ ਜ਼ਮੀਨ ਜਾਇਦਾਦ ਵਾ ਉਹਨਾਂ ਦੀ, ਉਹ ਤਾਂ ਪੁੱਤ ਜੋ ਮਰਜ਼ੀ ਕਰਾ ਲੈਣ, ਪਰ ਪੁੱਤ ਤੈਨੂੰ ਤੇ ਆਪਣੇ ਘਰ ਦੇ ਹਾਲਾਤਾਂ ਦਾ ਪਤਾ ਹੀ ਆ ਨਾ,
ਆਪਾਂ ਤੇ ਪੋਤਾ ਤੈਨੂੰ ਬਾਹਰ ਵੀ ਬੜੇ ਜ਼ੋਰ ਦੇ ਨਾਲ ਕਰਾਉਣ ਡਏ ਆ, ਸੱਚ ਪੁੱਛੇ ਨਾ ਤੇ ਤੈਨੂੰ ਕੀ ਪਤਾ ਸੀ ਕਿੱਦਾਂ ਗੁਜ਼ਾਰਾ ਕਰਨੇ ਆ ਦੋਵੇਂ ਜੀ। ਮੰਮੀ ਹੁਣ ਮੈਡੀਕਲ ਦੇ ਵਿੱਚ ਔਖੇ ਸੌਖੇ ਹੋ ਕੇ ਕਰਾ ਦਿੱਤਾ ਵਾ ਤੇ ਮੈਂ ਵਧੀਆ ਪੜ੍ਹਨ ਡਈ ਆ, ਨੰਬਰ ਵੀ ਮੇਰੇ ਵਧੀਆ ਆ ਜਾਣੇ ਆ। ਜੇ ਥੋੜਾ ਬਹੁਤਾ ਹੋਰ ਦੁੱਖ ਸਹਿ ਕੇ ਆਪਾਂ ਕਰ ਲਈਏ, ਜੇ ਮੇਰੀ ਐਡਮਿਸ਼ਨ ਹੋ ਜੂਗੀ ਨਾ ਤੇ ਮੈਂ ਵਧੀਆ ਨੰਬਰਾਂ 'ਚ ਪਾਸ ਹੋ ਜੂੰਗੀ, ਸਾਡੇ ਘਰ ਦੀ ਗਰੀਬੀ ਕੱਟੀ ਜਾਣੀ ਆ। ਉਹ ਤਾਂ ਪੁੱਤ ਮੈਂ ਸਮਝ ਨਹੀਂ ਤੇਰੀ ਗੱਲ ਨੂੰ, ਪਰ ਆਪਣੇ ਹਾਲਾਤਾਂ ਵੱਲ ਵੇਖ ਨਾ, ਨਰਸਿੰਗ ਐਵੇਂ ਥੋੜੀ ਹੋਣੀ ਗੱਲਾਂ ਬਾਤਾਂ ਨਾ, ਉੱਥੋਂ ਤੇ ਪੈਸੇ ਚਾਹੀਦੇ ਆ, ਠੀਕ ਆ ਨਾ। ਤੇ ਫਿਰ ਜਦੋਂ 3 ਸਾਲ ਲੱਗਣੇ ਜਾਂ 2 ਸਾਲ ਲੱਗਣੇ ਆ ਤੇ ਮਹੀਨੇ ਦੇ ਮਹੀਨੇ ਉੱਥੇ ਪਤਾ ਕਿੰਨੀ ਕਿੰਨੀ ਦੇਣੀ ਪਿਆ ਕਰਨੀ ਫੀਸ, ਤੇ ਪੁੱਤ ਅਸੀਂ ਕਿੱਥੋਂ ਲਿਆਵਾਂਗੇ ਗਰੀਬ ਇੰਨੀ ਫੀਸਾਂ। ਇੱਦਾਂ ਕਰ ਮੇਰੀ ਧੀ, ਤੂੰ ਹੁਣ ਆਪਣੇ ਹੱਥ ਸਿੱਧੇ ਕਰ ਤੇ ਸਿਲਾਈ ਸੈਂਟਰ 'ਚ ਪਾ ਦਿੰਦੇ ਹਾਂ ਤੈਨੂੰ, ਤੇ ਸਿਲਾਈ ਸਿੱਖ ਲਾ ਮੇਰਾ ਪੁੱਤ ਤੋਂ, ਠੀਕ ਵਾ ਨਾ। ਚਲੋ ਠੀਕ ਆ ਫਿਰ, ਜਿੱਦਾਂ ਤੁਹਾਨੂੰ ਠੀਕ ਲੱਗਦਾ ਵਾ। ਉੱਦਾਂ ਮੈਨੂੰ ਪਤਾ ਮੇਰੀ ਧੀ ਬਥੇਰੀ ਸਿਆਣੀ ਆ, ਸਮਝਦੀ ਆ ਆਪਣੇ ਘਰ ਨੂੰ ਸਾਰਾ ਕੁਛ, ਆਪਣੇ ਘਰ ਦੀਆਂ ਮਜਬੂਰੀਆਂ ਵੀ ਸਮਝਦੀ ਆ। ਚੱਲ ਕੋਈ ਨਹੀਂ ਪੁੱਤ, ਜੇ ਹੱਥ ਸਿੱਧੇ ਕਰ ਲੇਂਗੀ ਨਾ, ਸਿਲਾਈ ਸਿੱਖ ਲੇਂਗੀ ਤੇ ਮੁੰਡਾ ਵੀ ਚੰਗਾ ਲੱਭ ਜੂਗਾ ਕੱਲ ਨੂੰ। ਮੰਮੀ ਤੁਸੀਂ 24 ਘੰਟੇ ਵਿਆਹ ਦੀਆਂ ਨਾ ਗੱਲਾਂ ਕਰਦੇ ਰਹਿਆ ਕਰੋ, ਮੈਨੂੰ ਨਹੀਂ ਚੰਗਾ ਲੱਗਦਾ ਹੈਗਾ। ਪੁੱਤ ਵਿਆਹ ਤੇ ਕਰਨਾ ਹੀ ਆ, ਹੈਂ, ਵਿਆਹ ਦੇ ਨਾਂ ਤੋਂ ਕਿੰਨਾ ਚਿੜਦੀ ਆ, ਭਲਾ ਇਹਨੂੰ ਕਿਹੜਾ ਸਮਝਾਵੇ ਕਿ ਸਾਰੀ ਉਮਰ ਘਰ ਨਹੀਂ ਰੱਖੀਆਂ ਜਾਂਦੀਆਂ ਧੀਆਂ, ਹੈਂ। ਇੱਕ ਨਾ ਇੱਕ ਦਿਨ ਤਾਂ ਪੁੱਤ ਸਹੁਰੇ ਜਾਣਾ ਹੀ ਪੈਣਾ ਵਾ, ਜੋ ਮਰਜ਼ੀ ਕਰ, ਹੋਰ 2 ਸਾਲ ਸਾਡੇ ਕੋਲ ਰਹਿ ਪੈਂਗੀ, ਕਿੰਨੇ ਕੁ ਸਾਲ ਰਹਿ ਸਕਣੀ ਤੁਹਾਡੇ ਕੋਲ। ਜੀਵਨ ਉਹ ਕਿੱਥੇ ਪਾਣੀ ਲੈ ਕੇ ਆ ਯਾਰ? ਆ ਗਈ ਜੇ। ਆ ਲੋ, ਆ ਗਏ ਤੁਸੀਂ, ਹੋ ਗਿਆ ਜੀ ਕੰਮ? ਉਹਨੇ ਕਿਹਾ ਪਰਸੋਂ ਆਇਓ। ਅੱਛਾ, ਆਓ, ਕੰਮ ਕੁਮ ਕਰਦਾ ਸੀ ਤੈਨੂੰ ਪਤਾ ਹੀ ਆ। ਕੁੜੀ ਵਿਚਾਰੀ ਖਿਜਣ ਡਈ ਸੀ ਆਣ ਕੇ। ਕੀ ਆਂਦੀ ਸੀ? ਆਂਦੀ ਵੇਖ ਲੈ ਮੰਮੀ ਡੈਡੀ ਅੱਜ ਫੇਰ ਇਕੱਲੇ ਚਲ ਗਏ ਆ, ਹੈ, ਜੇ ਮੈਨੂੰ ਨਾਲ ਲੈ ਜਾਂਦੇ ਤੇ ਫਿਰ ਕੀ ਮੈਂ ਸਮਾਨ ਲਿਆਉਣਾ ਸੀਗਾ। ਉਹ ਯਾਰ ਉਹਦੇ ਕੰਮ ਸੀ, ਤੈਨੂੰ ਦੱਸੀ ਤੇ ਗੱਲ ਹੈ ਗਈ, ਅਸੀਂ ਪਿਓ ਧੀ ਨੇ ਉੱਥੇ ਕੀ ਕਰਨਾ ਸੀ ਨਾਲ, ਠੀਕ ਨੀ? ਨਹੀਂ ਮੈਂ ਸਮਝਾਤਾ ਸੀ ਮੁੜ ਕੇ, ਆਹੋ ਫਿਰ ਵਿਚਾਰੀ ਕਰ ਗਈ ਚੁੱਪ, ਤਾਂ ਪਤਾ ਹੀ ਆ ਨਾ। ਲੈ ਚੱਲੂ ਕਿਸੇ ਵੇਲੇ ਮੇਰੇ ਕੋਲ, ਬਥੇਰੀ ਚੰਗੀ ਸਾਡੀ ਧੀ, ਆਹੋ। ਉਹ ਤੇ ਨਾ ਇੱਕ ਮੇਰੇ ਨਾਲ ਗੱਲ ਕਰਨ ਡਈ ਸੀਗੀ, ਹੈਂ, ਆਂਦੀ ਵੀ ਉਹ ਨਵ ਨੀ ਸਹੇਲੀ ਇਹਦੀ, ਆਹੋ, ਆਂਦੀ ਉਹ ਨਰਸਿੰਗ ਲੱਗੀ ਮੰਮੀ ਕਰਨ। ਅੱਛਾ, ਤੇ ਉਹ ਮੈਨੂੰ ਆਂਦੀ ਵੀ ਤੂੰ ਵੀ ਆਪਣੇ ਘਰਦਿਆਂ ਨਾਲ ਸਲਾਹ ਕਰ ਲਾ ਤੇ ਇਕੱਠੀਆਂ ਪੈ ਜਾਈਏ ਦੋਵੇਂ ਜਾਣੀਆਂ, ਠੀਕ ਆ। ਤੇ ਪਰ ਤੁਹਾਨੂੰ ਪਤਾ ਹੀ ਆ ਨਾ, ਨਰਸਿੰਗ ਕਰਾਉਣ ਵਾਸਤੇ ਹੜਕ ਗਰੀਬਾਂ ਕੋਲ ਕਿੱਥੋਂ ਪੈਸੇ ਆਉਣੇ ਆ, ਕਿੰਨੇ ਨੋਟ ਚਾਹੀਦੇ ਆ ਨਰਸਿੰਗ ਵਾਸਤੇ? 3 ਸਾਲ ਲੱਗਦੇ ਆ, ਘੱਟੋ ਘੱਟ 2.5-3 ਲੱਖ ਰੁਪਇਆ ਲੱਗ ਜਾਂਦਾ ਵਾ, ਤੇ ਜਿਹੜਾ ਆਉਣ ਜਾਣ ਦਾ ਖਰਚਾ ਵੱਖਰਾ ਤੇ ਆ ਕੱਪੜਾ ਲੀੜਾ ਵੱਖਰਾ, ਕਿੱਥੋਂ ਕਰਾਂਗੇ ਆਪਾਂ ਗਰੀਬ ਇੰਨਾ ਖਰਚਾ? ਤੇ ਮੈਂ ਤੇ ਹਾਰ ਕੇ ਕਿਹਾ, ਮੈਂ ਕਿਹਾ ਪੁੱਤ ਵੇਖ ਮੇਰੀ ਗੱਲ ਸੁਣ, ਤੂੰ ਆਪਣੇ ਘਰ ਦੇ ਹਾਲਾਤ ਸਮਝ, ਨਾ ਹੋਣੀ ਤੇ ਚੰਗੇ ਭਲੇ ਕਰਦੇ ਆ, ਉਹਨਾਂ ਕੋਲ ਜ਼ਮੀਨ ਜਾਇਦਾਦ ਬਥੇਰੀ ਆ, ਭਾਵੇਂ ਨਰਸਿੰਗ ਛੱਡ ਕੇ ਜੋ ਮਰਜ਼ੀ ਕਰੇ, ਉਹ ਬੰਦੇ ਸੌਖੇ ਆ, ਪੈਲੀ ਪੂਲੀ ਹੈਗੀ ਉਹਨਾਂ ਕੋਲ, ਆਹੋ। ਤੇ ਫਿਰ ਮੈਨੂੰ ਸਮਝਾਇਆ, ਮੈਂ ਕਿਹਾ ਚੱਲ ਤੂੰ ਚੰਗੇ ਨੰਬਰ ਲੈ ਲਾ ਤੇ ਮੁੜ ਕੇ ਤੇਰੇ ਨਾ ਉਹ ਸਿਲਾਈ ਸੈਂਟਰ ਪਾ ਦਿੰਦੇ, ਤੈਨੂੰ ਉਹ ਲੱਗੇ ਆਪਣੇ ਡੇਰ ਹੈਗਾ ਵਾ ਨਾ, ਉੱਥੇ ਮੈਂ ਤੈਨੂੰ ਪਾ ਦਿੰਦੇ ਆ, ਚੱਲ ਤੇਰੇ ਹੱਥ ਸਿੱਧੇ ਹੋ ਜਾਣਗੇ, ਤੇ ਕੱਲ ਨੂੰ ਮੰਗਣਾ ਵਿਆਹਣਾ ਵੀ ਤੇ ਹੈਗਾ ਵਾ ਨਾ, ਤੇ ਅਗਲੇ ਘਰ ਦੱਸਣ ਵਾਲੇ ਬਣਾਂਗੇ ਵੀ ਸਾਡੀ ਕੁੜੀ ਨੇ ਸਿਲਾਈ ਕੀਤੀ ਆ। ਤੂੰ ਮੰਗਣੇ ਵਿਆਹ ਦੀ ਗੱਲ ਨਾ ਕਰਿਆ ਕਰ, ਸਾਡੇ ਕੋਈ ਤੁਹਾਡੀ ਧੀ ਆ, ਉਹ 2-4 ਸਾਲ ਰਹਿੰਦੇ ਲੱਗੇ ਆਪਣੇ। ਮੇਰੀ ਗੱਲ ਸੁਣੋ, ਵਿਆਹ ਤੇ ਕਰਨਾ ਹੀ ਕਰਨਾ ਸੀ ਇਹਦਾ, ਕਰਨਾ ਤੇ ਹੈ ਹੀ ਆ ਨਾ, ਕਿੰਨਾ ਕੁ ਚਿਰ ਰੱਖੋਗੇ? ਹੈਂ, ਧੀਆਂ ਰੱਖੀਆਂ ਜਾਂਦੀਆਂ ਵਾ, ਇਹ ਬਗਾਨਾ ਧੰਨ ਵਾ, ਇਹ ਤੋਰਨਾ ਹੀ ਪੈਂਦਾ ਹੁੰਦਾ ਵਾ, ਠੀਕ ਵਾ ਨਾ। ਹੋਰ ਸਾਲ ਰੱਖ ਲਓਗੇ, 2 ਸਾਲ ਰੱਖ ਲਓਗੇ, ਵੱਧ ਤੋਂ ਵੱਧ 3 ਸਾਲ ਰੱਖ ਲਓਗੇ, ਫਿਰ ਵੀ ਉਮਰ ਦੇ ਨਾਲ ਧੀ ਪੁੱਤ ਨੂੰ ਵਿਆਹ ਦੇਣਾ ਚਾਹੀਦਾ ਵਾ। ਇਹ ਮੰਨ ਜਾਊਗੀ ਸਲਾਈ ਵੱਲੋਂ? ਮੰਨ ਗਈ ਆ, ਹੈਂ, ਮੰਨ ਗਈ ਆ, ਬਥੇਰੀ ਸਿਆਣੀ ਆ ਵਿਚਾਰੀ, ਸਮਝਦੀ ਆ ਆਪਣੇ ਘਰ ਦੇ ਹਾਲਾਤਾਂ ਨੂੰ। ਕਰ ਲਾਂ ਗੱਲ ਜਾ ਕੇ ਪਿਓ ਧੀ ਉਹਨਾਂ ਵੀ, ਹੈਂ, ਆਹੋ। ਤੇ ਹੁਣ ਤੇ ਮੈਂ ਇੰਨੀ ਗੱਲ ਕਹਿਤੀ ਆ, ਪਰ ਬੱਚੇ ਦੇ ਮਨ ਵਿੱਚ ਰੀਝ ਤੇ ਹੁੰਦੀ ਆ ਨਾ, ਤੇ ਅਸੀਂ ਕਿਹੜਾ ਨਹੀਂ ਚਾਹੁੰਦੇ ਵੀ ਸਾਡੀ ਧੀ ਪੜ੍ਹ ਲਿਖ ਕੇ ਤੇ ਕਿ ਚੰਗੀ ਬਣੇ, ਹੈਂ। ਯਾਰ ਮੇਰਾ ਜੀ, ਮੇਰਾ ਨਹੀਂ ਜੀ ਕਰਦਾ ਕਿ ਮੇਰੀ ਧੀ ਵੀ ਕਿਤੇ ਪੜ੍ਹ ਲਿਖ ਕੇ ਅਫਸਰ ਲੱਗੇ, ਹੈਂ। ਉਹੀ ਗੱਲ ਨਾ, ਮਜਬੂਰੀਆਂ ਮਾਰ ਦਿੰਦੀਆਂ ਨਾ ਬੰਦੇ ਨੂੰ। ਚਲੋ ਕੋਈ ਨਹੀਂ, ਚਾਹ ਬਣਾਉਣੀ ਤੁਹਾਡੇ ਵਾਸਤੇ। ਚਲ ਕੋਈ ਨਹੀਂ, ਸਦਾ ਦਿਨ ਇੱਦਾਂ ਥੋੜੇ ਰਹਿੰਦੇ ਹੁੰਦੇ ਆ।
ਕੋਈ ਗੱਲ ਨਹੀਂ, ਜਦੋਂ ਕਦੇ ਮਾਰ ਰਹੇ ਟਾਣੀ ਨਵਾਈ ਤੇ ਸਾਰੇ ਕੰਮ ਵਧੀਆ ਹੋ ਜਾਣਗੇ। ਚੱਲ ਕੋਈ ਗੱਲ ਨਹੀਂ, ਪਤਾ ਨਹੀਂ ਹੁੰਦਾ ਕਿਸਮਤ ਦਾ, ਇੱਥੇ ਤਾਂ ਵਿਚਾਰੀ ਨੇ ਗਰੀਬੀ ਵੇਖੀ ਜੋ ਜੰਮੀ ਆ, ਤੇ ਕੀ ਪਤਾ ਅਗਲਾ ਆਉਣ ਵਾਲਾ ਸਮਾਂ ਇਹਦੇ ਲਈ ਕਿੰਨਾ ਕੁ ਵਧੀਆ ਵਾ, ਕੋਈ ਚੰਗਾ ਘਰ ਬਾਹਰ ਮਿਲ ਜੇ ਤੇ ਸਾਰੀ ਗਰੀਬੀ ਕੱਟੀ ਜਾਣੀ ਆ। ਕੋਈ ਉਹ ਤੇ ਗੱਲ ਵਾ ਨਾ, ਤੇ ਕੋਈ ਗੱਲ ਨਹੀਂ, ਚਲੋ ਉਹ ਨਾ ਟੈਨਸ਼ਨ ਲਿਆ ਕਰ, ਇੰਨੀ ਉਹਦਾ ਆਸਰਾ ਵਾ, ਉਹ ਸਭ ਕੁਝ ਠੀਕ ਕਰੂਗਾ। ਹੈ ਐਵੇਂ ਮੈਨੂੰ ਮੇਰੇ ਤੇ ਬੋਝ ਬਣਾ ਦੇਣੀ ਗੱਲ, ਕਿੱਥੇ ਬੋਝ ਬਣਾਉਣੀ ਆ, ਚਲ ਬਹਿ ਜਾ ਚਾਹ ਰਿਆ ਵਾ ਮੈਂ। ਕੋਈ ਗੱਲ ਨਹੀਂ, ਜੇ ਮਹਾਰਾਜ ਨੇ ਦਿੱਤੀ ਆ ਤੇ ਚੱਲ ਇਹਦੀ ਕਿਸਮਤ ਇਹਦੇ ਨਾਲ ਵਾ। ਪਿੰਦਰ ਪੁੱਤ, ਪੁੱਤ ਉੱਠ ਕੇ ਬਹਿ, ਮੈਂ ਤੇਰੇ ਨਾਲ ਗੱਲ ਕਰਨੀ ਹੈ। ਜਦੋਂ ਵੇਖੋ ਬਸ ਤੂੰ ਸੁੱਤਾ ਹੀ ਹੁੰਦਾ ਵਾ। ਮੰਮੀ ਸੌਣ ਵੀ ਦੋ, ਕੀ ਕਹਿਣਾ ਜੀ। ਉੱਠ ਬਹਿ, ਮੈਂ ਤੇਰੇ ਨਾਲ ਕੁਝ ਸਲਾਹ ਕਰਨੀ। ਓਹੋ, ਮੈਨੂੰ ਲੱਗਦਾ ਤੁਸੀਂ ਨਾ ਮੈਨੂੰ ਸੁੱਤਿਆ ਵੇਖ ਕੇ ਨਹੀਂ ਜਾਂਦੇ, ਝੱਟ ਉਠਾ ਲੈਂਦੇ। ਬਸ ਪੁੱਤ, ਭਲੇ ਮੈਂ ਮਾਂ ਵਾ ਤੇਰੀ, ਮੈਂ ਚਾਹੁੰਦੀ ਹਾਂ ਕਿ ਤੂੰ ਨਾ ਸੋਵੇਂ। ਮੈਂ ਇਹ ਕਰਕੇ ਆਈ ਹਾਂ ਕਿ ਹੁਣ ਤੇਰੀ ਪਲੱਸ ਟੂ ਕਦੇ ਦੀ ਹੋਈ ਆ, ਤੇ ਤੂੰ ਮੁੜ ਕੇ ਨਿੱਕਾ ਮੋਟਾ ਕੋਰਸ ਵੀ ਨਾਲ ਲੈ ਲਿਆ, ਤੇ ਪੁੱਤ ਕਿਤੇ ਕੋਈ ਪੜ੍ਹਾਈ ਕਰਕੇ ਕੋਈ ਫਾਇਦਾ ਲੈ ਲਓ ਪੜ੍ਹਾਈ ਦਾ, ਕਿਤੇ ਆਈਲੈਟਸ ਕਰ ਲਾ, ਕਿਤੇ ਪੀਟੀ ਕਰ ਲਾ, ਪੁੱਤ ਕਿਤੇ ਬਾਹਰ ਅੰਦਰ ਚੱਲ ਜਾਂਦਾ, ਜ਼ਿੰਦਗੀ ਬਣ ਜਾਏਗੀ। ਮੰਮੀ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਮੈਂ ਬਾਹਰ ਨਹੀਂ ਜਾਣਾ। ਪੁੱਤ ਇੱਥੇ ਤਾਂ ਕੋਈ ਨੌਕਰੀ ਨਹੀਂ ਮਿਲਣ ਡਈ। ਉਹ ਮਿਲ ਜੇਗੀ ਆਪੀ, ਜਿਹੜਾ 20-25 ਲੱਖ ਉੱਧਰ ਲਾਉਣਾ ਵਾ, ਇੱਥੇ ਕੋਈ ਫੌਜ ਦੀ ਜਾਂ ਪੁਲਿਸ ਦੀ ਵਿਹਨੇ ਆ ਕੋਈ। ਲੈ ਪੁੱਤ, ਤੈਨੂੰ ਪਤਾ ਵਾ ਵੀ ਤੈਨੂੰ ਮਿਲ ਜਾਏਗੀ, ਜੇ ਬਾਈ ਚਾਂਸ ਨਾ ਮਿਲੀ ਵੇਲਾ ਲੰਘ ਜਾਏਗਾ। ਮੰਮੀ ਕਿਤੇ ਨਹੀਂ ਲੰਘਦਾ ਵੇਲਾ, ਪਰ ਮੈਂ ਬਾਹਰ ਨਹੀਂ ਜਾਣਾ, ਮੇਰਾ ਨਹੀਂ ਜੀ ਕਰਦਾ ਜਾਣ। ਪੁੱਤ ਮੈਨੂੰ ਬੜਾ ਸ਼ੌਂਕ ਆ ਕਿ ਮੇਰਾ ਪੁੱਤ ਨਾ ਬਾਹਰ ਚੱਲ ਜਾਏ, ਤੇ ਬਾਹਰ ਮੁੜ ਕੇ ਆਪ ਸੈੱਟ ਹੋ ਜਾਏ ਤੇ ਸਾਨੂੰ ਵੀ ਸੱਦ ਲੇ। ਪਰ ਮੰਮੀ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਤੁਹਾਨੂੰ ਛੱਡ ਕੇ। ਕੁਛ ਨਹੀਂ, ਹਾਲ ਹੈ ਮੁੰਡੇ ਦਾ, ਜਿੰਨਾ ਮਰਜ਼ੀ ਸਰਦੀਆਂ ਠੀਕਰੀਆਂ ਪਾਉਂਦੀ, ਇੱਕੋ ਗੱਲ ਕਹਿੰਦਾ ਜਾਣਾ ਹੀ ਨਹੀਂ ਬਸ। ਲੈ ਤੇ ਤੁਸੀਂ ਕਿਉਂ ਇੱਕੋ ਚੀਜ਼ ਦੇ ਮਗਰ ਪੈ ਜਾਂਦੇ ਹੋ ਫਿਰ? ਜੇ ਪੁੱਤ ਤੂੰ ਇੱਥੇ ਆ ਹੀ ਰਹਿੰਦਾ ਰਿਹਾ, ਨਾ ਕਿਸੇ ਪਾਸੇ ਲੱਗਾ, ਤੇ ਕੱਲ੍ਹ ਨੂੰ ਤੇਰਾ ਵਿਆਹ ਵੀ ਕਰਨਾ, ਕੋਈ ਕੁੜੀ ਨਹੀਂ ਦਿੰਦਾ ਹੁੰਦਾ ਜਿੰਨਾ ਚਿਰ ਕੋਈ ਨੌਕਰੀ ਪੇਸ਼ੀ ਤੇ ਨਾ ਲੱਗੀ ਹੋਈ। ਅੱਛਾ, ਤੁਸੀਂ ਵਿਆਹ ਤੱਕ ਪਹੁੰਚ ਵੀ ਗਏ ਹੋ? ਲੈ ਹੋਰ ਮੈਂ ਤੇਰੇ ਵਿਆਹ ਵਾਸਤੇ ਸੋਚਣਾ ਹੀ ਨਹੀਂ। ਮੰਮੀ ਮੈਂ ਨਹੀਂ ਜੀ ਇਹ ਚੀਜ਼ ਬਾਰੇ ਸੋਚਿਆ, ਤੇ ਨਾਲੇ ਕੋਈ ਨੌਕਰੀ ਮਿਲ ਜਾਣੀ ਹੈ ਬਸ। ਠੀਕ ਆ, ਨੌਕਰੀ ਮਿਲ ਜਾਣੀ ਹੈ, ਇਹ ਤਾਂ ਇੱਦਾਂ ਕੰਡਿਆ ਜਿੱਦਾਂ ਨੌਕਰੀ ਹੱਥ 'ਚ ਫੜੀ ਹੁੰਦੀ ਆ। ਮੰਮੀ ਡਿਆਲ ਸਹੀ ਹੁਣ ਚਾਰਾ ਮਾਰਨਾ, ਆਪੀ ਬਣ ਜਾਣੀ ਹੌਲੀ ਹੌਲੀ ਗੱਲ। ਤੇ ਨਾਲੇ ਇੱਕ ਗੱਲ ਹੋਰ, ਹਾਂਜੀ, ਤੇਰਾ ਪਿਓ ਵਿਚਾਰਾ ਇਕੱਲਾ ਖਪਦਾ ਰਹਿੰਦਾ, ਅੱਧੇ ਅੱਧੇ ਦਿਨ ਤੱਕ ਤੂੰ ਸੁੱਤਾ ਰਹਿੰਦਾ, ਤੈਨੂੰ ਤਾਂ ਨਹੀਂ ਕਹਿੰਦਾ ਤੇ ਮੈਨੂੰ ਗੁੱਸੇ ਹੁੰਦਾ ਵੀ ਥੋੜਾ ਬਹੁਤਾ ਮੁੰਡੇ ਨੂੰ ਵੀ ਸਮਝਾਇਆ ਕਰ। ਕੋਈ ਗੱਲ ਨੀ ਮੰਮੀ, ਕਰਾਵਾਂਗਾ ਕੰਮ। ਤੇ ਉੱਠ ਕੇ ਤੂੰ ਨਾਲ ਕੰਮ ਕਰਾਇਆ ਕਰ। ਕੋਈ ਨੀ, ਕਰਾ ਦਾਂਗਾ, ਹੋਰ ਤੈਨੂੰ ਕੁਛ ਕਹਿਣਾ? ਨਹੀਂ ਭਰਾਵਾ, ਮੈਂ ਹੋਰ ਤੈਨੂੰ ਕੀ ਕਹਿਣਾ, ਜਿਹੜੀ ਗੱਲ ਮੈਂ ਤੈਨੂੰ ਕਹਿੰਦੀ ਆ ਉਹ ਤੂੰ ਮੇਰੀ ਮੰਨਦਾ ਨੀਗਾ। ਮੰਮੀ ਉਹ ਨਹੀਂ ਜੇ ਮੰਨਣੀ, ਹੋਰ ਦੱਸੋ ਜੇ ਕੁਝ ਕਰਾਉਣਾ ਤੇ। ਜੇ ਬਾਈ ਚਾਂਸ ਪੁੱਤ ਨੌਕਰੀ ਨਾ ਮਿਲੇ, ਦੱਸ ਫਿਰ ਉਹ ਵੀ ਵੇਲਾ ਬਾਹਰ ਦਾ ਵੀ ਲੰਘ ਜਾਏਗਾ। ਇਹ ਚੀਜ਼ ਦਾ ਮੈਨੂੰ ਨਹੀਂ ਪਤਾ, ਤੁਸੀਂ ਹੁਣ ਮੈਨੂੰ ਸੌਂ ਦਿਓ ਬਸ। ਚੱਲ ਠੀਕ ਆ ਭਰਾਵਾ, ਤੂੰ ਸੌਂ ਜਾ, ਪਰ ਇਹ ਮੇਰੇ ਨੂੰ ਕਿਸੇ ਚਿਰ ਨੂੰ ਪਛਤਾਵੇਂਗਾ, ਇਹ ਤੈਨੂੰ ਮੈਂ ਦੱਸ ਦਿੱਤਾ ਜੀ। ਪਿੰਦਰ ਦੇ ਡੈਡੀ, ਚਾਹ ਪੀ ਲਓ। ਉਹ ਕਿੱਥੇ ਤੇਰਾ ਲਾਡਲਾ ਉੱਠਿਆ ਨਹੀਂ? ਜਾਗਣ ਲਿਆ। ਉਹਨੂੰ ਕਹਿਣਾ ਕੋਈ ਕੰਮ ਕਾਰ ਕਰ ਲਾ, ਤੇ ਮੈਂ ਤੇ ਸੁਣ ਛੜੇ ਸਾਰਾ ਕੁਝ ਕਰ ਲੇਗਾ। ਤੁਸੀਂ ਵੀ ਇੰਨੇ ਗੁੱਸੇ 'ਚ ਨਾ ਆਇਆ ਕਰੋ, ਨਿਆਣਾ ਹੋ, ਜਦੋਂ ਸਿਆਣਾ ਹੋ ਗਿਆ ਮੈਂ ਆਪੇ ਕਰ ਲਿਆ ਕਰਨਾ। ਸਿਆਣਾ ਉਹਨੇ ਹੋਰ ਕਿੰਨਾ ਕੋਣਾ ਵਾ, ਹੱਥ ਕਰਨ ਰਹੀ ਹੈ ਤੂੰ ਤੇ। ਇੰਨਾ ਨਹੀਂ, ਜਿਹੜਾ ਜਵਾਨ ਧੀਆਂ ਪੁੱਤ ਹੋ ਜਿਹੜੇ ਇੱਕ ਸਰਫੇ ਜੇ ਦਾ ਪੁੱਤ ਵਾ, ਤੇ ਤੁਸੀਂ ਉਹਨੂੰ 24 ਘੰਟੇ ਝਿੜਕ ਦੇ ਰਹੇ ਹੋ। ਤੂੰ ਹੱਸੇ ਨਾ, ਲਾਡ ਲਾਡ ਵੀ ਉਹਨੂੰ ਖਰਾਬ ਕਰਕੇ ਬਹਿ ਜਾਣਾ ਵਾ। ਉਹਨੂੰ ਕਹੇ ਕੰਮ ਧੰਦੇ ਲਾ, ਜੇ ਨਹੀਂ ਨਾ ਕੋਈ ਸਰਕਾਰੀ ਮਿਲਦੀ ਕੋਈ ਪ੍ਰਾਈਵੇਟ ਹੀ ਕਰ ਲਾ ਉਹਨਾਂ 'ਚ। ਕਰ ਲੇਗਾ, ਮਿਲ ਜੂਗੀ ਤੇ ਫੇਰ ਹੀ ਕਰੇਗਾ, ਆਪਣੇ ਆਪ ਕਿੱਦਾਂ ਜਾ ਕੇ ਕਿਸੇ ਦੇ ਅੱਗੇ ਹੱਥ ਡਾਲੇ। ਇਹਨੂੰ ਘਰ ਬੈਠੇ ਨੂੰ ਕੋਈ ਡੀਸੀ ਲਾ ਚ ਲਿਆ ਨਾ, ਇਹਨੂੰ ਘਰੋਂ ਨਿਕਲੇਗਾ ਕਿਤੇ ਪਤਾ ਥਾ ਕਰੇਗਾ ਫੇਰ ਹੀ ਆ। ਕੋਈ ਗੱਲ ਨਹੀਂ, ਮੈਂ ਉਹਨੂੰ ਪਿਆਰ ਨਾਲ ਸਮਝਾ, 10-10 ਘੰਟੇ ਸੌਂਦਾ ਵਾ, ਪਿਆਰ ਨਾਲ ਸਮਝਾ ਲਾਂਗੀ। ਬਾਬਾ ਘੜੀ ਘੜੀ ਨਾ ਮੁੰਡੇ ਦੇ ਪੇਸ਼ ਪਿਆ ਰਿਹਾ ਕਰ। ਇਹਦੇ ਨਾਲ ਦੇ ਜਿੰਨੇ ਨਾ ਰਿਹਾਣੀ ਸਾਰੇ ਕਿਤੇ ਨਾ ਕਿਤੇ ਕੰਮ ਤੇ ਲੱਗੇ ਆ।
ਕਿਸਮਤ ਦਾ ਨਹੀਂ ਨਾ ਪਤਾ, ਉਹਨਾਂ ਦੀ ਕਿਸਮਤ ਤੇਜ਼, ਉਹਨਾਂ ਨੂੰ ਛੇਤੀ ਕੰਮ ਮਿਲ ਗਿਆ, ਇਹਦੀ ਹੁਣ ਵਿਚਾਰੇ ਦੀ ਢਿੱਲੀ ਹੈ ਨਿਆਣੇ ਦੀ ਕਿਸਮਤ ਦੋਸ਼ ਦੇਈ ਦੇ ਕੰਮ ਕਰਨ ਨੂੰ ਆਪਣਾ ਜੀ ਨਹੀਂ ਕਰਦਾ ਭਲਾ, ਉਹਦਾ ਜੀ ਕਰਦਾ ਵੀ ਮੈਂ ਘਰ ਬੈਠਾ ਰਹਾਂ, ਉਹਦਾ ਨਹੀਂ ਜੀ ਕਰਦਾ ਜਦੋਂ ਕਿਤੇ ਜਾਂਦਾ ਤੇ ਪੈਸੇ ਚੋਂ ਕੱਢ ਕੇ ਦੇ ਦੇਣੀ ਆ ਹੌਲੀ ਜੀ, ਕਸੂਰ ਸਾਰਾ ਤੇਰਾ ਵਾ ਤੇ ਦਵਾਂ ਨਾ ਤਾਂ ਹੋਰ ਕਿਹਨੂੰ ਦਵਾਂ, ਮੇਰੇ ਕਿਹੜੇ ਹੋਰ ਪੰਜ ਸੱਤ ਇਹਨੂੰ ਨਾ ਦਵਾਂ ਤਾਂ ਹੋਰ ਕਿਹਨੂੰ ਪੈਸੇ ਫੜਾਂਗਾ, ਹੱਦ ਵਾ ਤੇਰੀ, ਉਹੋ ਹੀ ਗੱਲ ਕਰਨੀ ਆ, ਤੂੰ ਵੀ ਵਿਗਾੜਨਾ ਇਹਨੂੰ ਕੇ, ਜਦੋਂ ਨਿਆਣੇ ਵਿਗੜਨਗੇ ਨਾ ਮਾਵਾਂ ਵਿਗਾੜਨਗੀਆਂ, ਕਦੀ ਕੋਈ ਮਾਂ ਵੀ ਆਂਦੀ ਮੇਰਾ ਧੀਆਂ ਪੁੱਤ ਵਿਗੜ ਜਾਣ, ਐਵੇਂ ਪੁੱਠੀਆਂ ਗੱਲਾਂ ਲਾਡ ਮਾਰਦੇ ਆ, ਤੇ ਲਾਡ ਵਾ ਤੇ ਹੁਣ ਪੁੱਤ ਵਾ ਕੀ ਕਰਨ, ਧੱਕਾ ਕਿੱਥੇ ਇਹਨੂੰ ਦੇ ਦੇਵਾਂ ਜਾ ਕੇ ਵੀ ਸ਼ੇਸ਼ੇ ਦੀ ਘਰੋਂ ਚੱਲ ਜਾ, ਮੇਰੇ ਕੋਲ ਨੀ ਏਡਾ ਹੈਗਾ, ਮੇਰਾ ਹੌਸਲਾ ਹੈਗਾ, ਮੇਰਾ ਨੀ ਜੀ ਕਰਦਾ ਮੁੰਡਾ, ਮੈਂ ਜਿਵੇਂ ਜੋ ਕਹਾਂਗਾ ਨਾ ਕਰਤਾ ਵਾ, ਮੇਰੇ ਕੋਲ ਤੋਂ ਅੱਜ ਕੱਖ ਨੀ ਹੁੰਦਾ, ਹੁਣ ਜਿੰਨਾ ਕੁ ਤੁਹਾਡੇ ਕੋਲ ਹੁੰਦਾ ਕਰ ਲਿਆ ਕਰੋ, ਬਾਰ ਬਾਰ ਮੁੰਡੇ ਨਾ ਕਿਹਾ ਤੂੰ, ਚੰਗਾ ਤੁਸੀਂ ਤਾਂ ਬਸ 24 ਘੰਟੇ ਮੁੰਡੇ ਦੇ ਦੁਆਲੇ ਹੋਏ ਰਹਿੰਦੇ ਜੀ, ਦੱਸ ਕਦੋਂ ਦਾ ਫੋਨ ਵੱਜਣਾ ਤੇ ਕਿਸੇ ਨੇ ਨਹੀਂ ਚੁੱਕਿਆ, ਹੈਲੋ ਹਾਂ ਪਰਮ ਕੀ ਹਾਲ ਹੈ, ਉਹ ਨਹੀਂ ਮੈਂ ਸੁੱਤਾ ਹਾਂ ਤੇ ਫੋਨ ਇੱਥੇ ਬਾਹਰ ਪਿਆ ਸੀ, ਅੱਛਾ ਵਧੀਆ ਵਧੀਆ ਹੈ, ਅੱਛਾ ਆਇਆ ਹੈ ਆ ਜਾ ਘਰ ਨੂੰ, ਅੱਛਾ ਮੋਟਰ 'ਤੇ ਹੈ, ਚੱਲ ਠੀਕ ਆ ਕੋਈ ਨਹੀਂ ਤੂੰ ਰੁਕ ਹੈ ਇੱਥੇ ਅਤੇ ਮੈਂ ਉਹਨਾਂ ਮੰਮੀ ਹੋਣਾਂ ਨੂੰ ਦੱਸ ਆਵਾਂ, ਹਾਂ ਹਾਂ ਆਵਾਂਗਾ ਹੁਣ ਵੀ ਹੋਣੀ, ਚੱਲ ਠੀਕ ਆ ਚੰਗਾ ਚੰਗਾ ਠੀਕ ਆ, ਚੱਲ ਦੱਸਾਂ ਮੰਮੀ ਹੋਣਾਂ ਨੂੰ ਤਾਂ ਜਾਵਾਂ ਇੱਧਰ, ਮੰਮੀ ਮੈਂ ਇੱਥੇ ਚੱਲਿਆ ਯਾਰ ਅਤੇ ਆਏ ਨਾ, ਕੋਈ ਗੱਲ ਨਹੀਂ ਚਾਚਾ ਪੁੱਤ, ਚਲੋ ਕਿੱਧਰ ਚੱਲਿਆ ਵਾ, ਡੈਡੀ ਇੱਥੇ ਮੋਟਰ ਦਾ ਕੀ ਚੱਲਿਆ, ਕੰਮ ਕਰ ਸਾਰਾ ਮੈਂ ਕਰ ਲਿਆ, ਪੱਠਾ ਰੱਥਾ ਵੱਢ ਕੇ ਲੈਣ ਤਾ ਵਾ, ਨੱਕੇ ਨੁੱਕੇ ਮੈਂ ਲਾਇਆ ਹੁਣ ਤੂੰ ਮੋਟਰਾਂ ਤੋਂ ਤੁਰ ਪਿਆ ਵਾ, ਅਤੇ ਉੱਥੇ ਪਰਮ ਆਇਆ ਸੀ ਅਤੇ ਉਹ ਡਿਆ ਫੋਨ ਕਰਨ ਵੀ ਆਇਆ ਨੂੰ ਆ ਜਾ, ਉਹਦੇ ਕੋਲ ਚੱਲਿਆ, ਮੈਂ ਪਰਮ ਨਾਲ ਫਿਰਦਾ ਰਿਹਾ ਗਾ, ਉਹ ਜਾ ਉਹ ਵਿਹਲਾ ਤਾਂ ਹੋ ਜਾ ਤੂੰ, ਅਤੇ ਫਿਰ ਕੀ ਹੋਗਾ ਮੁੰਡੇ ਮੁੰਡਿਆਂ ਦੇ ਲਾਗੇ ਜਾਂਦੇ ਹੀ ਹੁੰਦੇ ਆ, ਬੇਕਾਰ ਦੋਵੇਂ, ਨਾ ਉਹਨੂੰ ਕੋਈ ਕੰਮ ਦਾ ਫਿਕਰ ਤਾਂ ਨਾ ਆਏ, ਕੋਈ ਗੱਲ ਨਹੀਂ ਜਾ ਮੇਰਾ ਪੁੱਤ, ਇਹ ਤਾਂ ਹੁਣ ਆਉਂਦੇ ਨੇ ਵੀ ਬਸ ਨਾਲ ਹੀ ਮੇਰੇ ਜੁੜੇ ਰਹਿਣ, ਇੱਧਰ ਆ ਮੇਰੀ ਗੱਲ ਸੁਣ, ਆਦਤ ਪੈ ਗਈ ਵੇਲੇ ਫਿਰਨ ਦੀ, ਐਵੇਂ ਨਾ ਮੁੰਡੇ ਦੇ ਪੇਸ਼ ਹੀ ਪਏ ਰਹਿੰਦੇ ਜੇ, ਬਸ ਜਦੋਂ ਮੈਂ ਕਹਿੰਦੀ ਆ ਉਦੋਂ ਤੁਸੀਂ ਮੰਨਦੇ ਹੀ ਨਹੀਂ ਕਿਸੇ ਗੱਲ ਨੂੰ, ਜੇ ਉਹ ਵਿਚਾਰਾ ਨਿਆਣਾ ਆਉਂਦਾ ਮੈਂ ਬਾਹਰ ਜਾਣਾ ਤਾਂ ਵੀ ਨਹੀਂ ਉਹਨੂੰ ਕਿਤੇ ਜਾਣਾ, ਨਿਆਣਾ ਵਾ ਜੇ ਨਿਆਣਾ ਮੁੰਡਾ ਆਉਂਦਾ ਮੈਂ ਬੰਬੀ ਤੱਕ ਜਾਣਾ ਤੁਸੀਂ ਤਾਂ ਵੀ ਉਹਨੂੰ ਟੋਕਦੇ ਜੀ, ਹਜੇ ਵੀ ਮੈਂ ਨਹੀਂ ਫਿਰ ਵੀ ਚੰਗਾ ਅੱਗੇ ਬੋਲਦਾ ਨਹੀਂ, ਜਦੋਂ ਕੰਮ ਦਾ ਟਾਈਮ ਹੁੰਦਾ ਉਦੋਂ ਨਹੀਂ ਬੰਬੀ ਇਹਨੂੰ ਦੇਖਦੀ, ਜਦੋਂ ਸਾਰੇ ਕੰਮ ਹੋ ਜਾਂਦੇ ਆ ਸੌਂ ਸਾਂ ਕੇ ਉੱਠਦਾ ਉਦੋਂ ਬਾਹਰ ਨੂੰ ਚੱਲ ਜਾਂਦਾ, ਜੇ ਹੁਣ ਉਹ ਮੁੰਡੇ ਨੇ ਹੋ ਸਕਦਾ ਫੋਨ ਕੀਤਾ ਹੋਵੇ ਕੀ ਉਹਨੂੰ ਆਉਂਦਾ ਵੀ ਜਾ ਜਾ ਕੰਮ ਕਰ ਆਪਣਾ ਕਰ ਸਪੋਰਟਾਂ ਉਹਦੀਆਂ ਜਾ ਕੇ, ਤੇਰੇ ਵਰਗੀਆਂ ਵਿਹਲੀਆਂ ਮੁੜ ਕੇ ਤਾਂ ਨਾ, ਕੁਛ ਨਹੀਂ ਹੁੰਦਾ ਇੱਦਾਂ ਦਾ ਨਹੀਂ, ਮੇਰਾ ਪੁੱਤ ਹੈਗਾ ਵੀ ਕੱਲ੍ਹ ਨੂੰ ਬਾਹਰ ਜਾਏਗਾ ਤੇ ਵਿਗੜ ਜਾਏਗਾ, ਜੋ ਮੈਂ ਕਹੂੰਗੀ ਨਾ ਉਹਨੇ ਉੱਦਾਂ ਹੀ ਮੇਰੀ ਮੰਨਣੀ, ਕੱਟੂ ਕਿਸੇ ਥਾਂ ਦਾ ਬਸ ਠੀਕ ਆ।